भाई बलवंत सिंह गोपाला जी, वाहिगुरु जी का खालसा, वाहिगुरु जी की फतेह जी। भाई हरप्रीत सिंह जी, वाहेगुरु जी का खालसा, वाहेगुरु जी की फतेह। भाई हरप्रीत सिंह मखू जी, चढ़दी कला जी। पूरी चढ़दी कला परमात्मा दी बड़ी कृपा। हाँ जी, हाँ जी। अच्छा भाई साहब, कल तुसी अमृतसर साहिब दी धरती ते एक बहुत वड्डा प्रोटेस्ट कीता सी दल खालसा दे बैनर दे हेठ। जी उस तो बाद पुलिस ने बंदियां नू अरेस्ट भी कीता, गड्डियां दे विच भी बिठाया, ते तुसी इक्को गल बार बार कह रहे सी भी असी रॉ दे दफ्तर दे बाहर जाना है, हाँ जी, ਤੇ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਜੇ ਤੁਸੀਂ ਸਾਡੇ ਖਾਲਿਸਤਾਨੀਆਂ ਦੇ ਖੂਨ ਦੇ ਪਿਆਸੇ ਹੋ ਤੇ ਸਾਡਾ ਖੂਨ ਪੀ ਲਵੋ, ਜੀ ਸਾਡੀ ਜਾਨ ਲੈ ਲਵੋ। ਮੈਂ ਪੁੱਛਣਾ ਚਾਹੁੰਦਾ ਵੀ ਕੱਲ ਦਾ ਪੂਰਾ ਪ੍ਰੋਗਰਾਮ ਕੀ ਸੀ ਤੇ ਕਿਸ ਸੰਬੰਧ ਵਿੱਚ ਸੀ ਤੇ ਉਹਦਾ ਨਤੀਜਾ ਕੀ ਨਿਕਲਿਆ ਜੀ? ਭਾਈ ਸਾਹਿਬ, ਮੈਂ ਸਾਰੇ ਹੀ ਖਾਲਸਾ ਪੰਥ ਨੂੰ ਜੀ ਖਾਲਸਾ ਰਾਜ ਦੀ ਸਰਜਮੀਨੇ ਪੰਜਾਬ ਦੀ ਧਰਤੀ ਤੋਂ ਲੈ ਕੇ ਔਰ ਵਿਦੇਸ਼ਾਂ ਵਿੱਚ ਵਸਦੇ ਸਮੁੱਚੇ ਖਾਲਸਾ ਪੰਥ ਨੂੰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਬੇਨਤੀ ਇਹ ਹੈ ਕਿ ਕੱਲ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹ ਜਿਵੇਂ ਕਿ ਇਸ ਤੋਂ ਪਹਿਲਾਂ ਭਾਰਤੀ ਹੁਕਮਰਾਨਾਂ ਨੇ, ਪਹਿਲਾਂ ਭਾਈ ਪਰਮਜੀਤ ਸਿੰਘ ਜੀ ਪੰਜਵੜ, ਉਹਨਾਂ ਦੀ ਸ਼ਹਾਦਤ ਗੋਲੀਆਂ ਮਾਰ ਕੇ ਪਾਕਿਸਤਾਨ ਵਿੱਚ ਕੀਤੀ ਹੈ ਜੀ। ਜੀ ਉਸ ਤੋਂ ਬਾਦ ਭਾਈ ਆ ਤੁਹਾਡੀ ਅਵਤਾਰ ਆਵਾਜ਼ ਸਿੰਘ ਕੱਟ ਠੰਡੇ ਕੱਟ ਦੀ, ਕੇ ਆ ਰਹੀ ਹੈ ਜੀ। ਹਾਂ ਜੀ, ਹਾਂ ਜੀ ਭਾਈ ਸਾਹਿਬ, ਮੈਂ ਹਾਂ ਜੀ, ਚਾਹਾਂਗਾ ਵੀ ਇੱਕ ਜਗ੍ਹਾ ਤੇ ਥੋੜਾ ਜਿਹਾ ਟਿਕ ਕੇ ਗੱਲਬਾਤ ਕਰੋ ਪਲੀਜ਼। ਹਾਂ ਹਾਂਜੀ ਜੀ, ਠੀਕ ਹੈ ਭਾਈ ਸਾਹਿਬ, ਆ ਗਈ ਜੀ ਆਵਾਜ਼ ਹੁਣ? ਹਾਂਜੀ, ਹੁਣ ਆ ਰਹੀ ਹੈ ਜੀ। ਹਾਂਜੀ ਭਾਈ ਸਾਹਿਬ, ਬੇਨਤੀ ਆ ਜੀ ਕਿ ਪਹਿਲੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਪਾਕਿਸਤਾਨ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਭਾਰਤੀ ਏਜੰਸੀਆਂ ਵੱਲੋਂ। ਉਸ ਤੋਂ ਬਾਅਦ ਭਾਈ ਅਵਤਾਰ ਸਿੰਘ ਖੰਡਾ ਨੂੰ ਇੰਗਲੈਂਡ ਵਿੱਚ ਕੋਈ ਸਲੋ ਪੋਇਜ਼ਨ ਦੇ ਕੇ, ਜ਼ਹਿਰ ਦੇ ਕੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਭਾਰਤੀਆਂ ਏਜੰਸੀਆਂ ਨੇ ਮਾਰ ਮੁਕਾਇਆ, ਉਸ ਸਿੰਘ ਨੂੰ ਵੀ ਸਾਡੇ ਨੂੰ ਸ਼ਹੀਦ ਕਰ ਦਿੱਤਾ। ਫਿਰ ਇਹਨਾਂ ਦੇ ਇੱਕ ਹਿੰਦੂ, ਕਿਸੇ ਮੈਨੂੰ ਉਹ ਡਪੇ ਇਸ ਤਰ੍ਹਾਂ ਦਾ ਕੋਈ ਹਿੰਦੂ ਅਫਸਰ ਆ ਕਿਸੇ ਵਿਅਕਤੀ ਨੇ, ਉਹਨੇ ਲਿਖ ਕੇ ਪਾਇਆ ਕਿ ਇੰਗਲੈਂਡ ਤੋਂ ਬਾਅਦ ਹੁਣ ਕੈਨੇਡਾ ਦੀ ਵਾਰੀ ਹੋ ਸਕਦੀ ਆ। ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਦਾ ਭੋਗ ਨਹੀਂ ਪਿਆ ਤੇ ਭਾਈ ਹਰਦੀਪ ਸਿੰਘ ਨਿੱਜਰ ਗੁਰਦੁਆਰਾ ਸਾਹਿਬ ਪਹੁੰਚਦੇ ਆ, ਉੱਥੇ ਦਿਨ ਦੀਵੀ ਗੋਲੀਆਂ ਮਾਰ ਕੇ ਗੁਰੂ ਕੇ ਲਾਲ ਨੂੰ, ਕੌਮੀ ਯੋਧੇ ਨੂੰ, ਖਾਲਿਸਤਾਨ ਦੇ ਜੁਝਾਰੂ ਨੂੰ ਭਾਰਤੀ ਏਜੰਸੀਆਂ ਸ਼ਹੀਦ ਕਰ ਦਿੰਦੀਆਂ ਨੇ। ਜੀ ਉਸ ਦੇ ਰੋਸ ਵਜੋਂ ਖਾਲਸਾ ਪੰਥ ਇੱਥੇ ਹੀ ਗੱਲ ਨਹੀਂ ਮੁੱਕੀ। ਫਿਰ ਭਾਈ ਰਿਪਤਮਨ ਸਿੰਘ ਕੈਨੇਡਾ ਦੇ ਵਿੱਚ, ਉਹਨਾਂ ਨੂੰ 1 ਸਾਲ ਪਹਿਲਾਂ ਗੋਲੀਆਂ ਮਾਰ ਕੇ ਜ਼ਾਲਮਾਂ ਨੇ ਸ਼ਹੀਦ ਕੀਤਾ। ਉਸ ਤੋਂ ਪਹਿਲਾਂ ਬਾਪੂ ਸੂਰਤ ਸਿੰਘ ਖਾਲਸਾ ਦਾ ਜਵਾਈ ਜਿਹੜਾ ਦਮਾਦ ਆ ਜੀ, ਉਹ ਬਾਹਰ ਖਾੜਕੂ ਸੀ ਫੈਡਰੇਸ਼ਨ ਦੇ ਵਿੱਚ, ਪੂਰਾ ਨਾਂ ਸੀ ਉਹਦਾ ਚੜ੍ਹਦੀ ਕਲਾ ਵਾਲਾ ਯੋਧਾ। ਹਾਂਜੀ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਕਰਕੇ ਇਹਨਾਂ ਏਜੰਸੀਆਂ ਨੇ ਸਾਡੇ ਸਿੰਘ ਬਹੁਤ ਵਾਰੀ ਲੁਕਵੇਂ ਰੂਪ ਵਿੱਚ ਪਿੱਠ ਤੇ ਵਾਰ ਕਰਕੇ ਇਹ ਲੋਕ ਸ਼ਹੀਦ ਕਰਦੇ ਆਏ ਨੇ। ਇਸ ਰੋਸ ਵਜੋਂ ਇੱਕ ਤਾਂ ਸ੍ਰੀ ਅਕਾਲ ਤਖ਼ਤ, ਤੁਹਾਨੂੰ ਕੀ ਲੱਗਦਾ ਵੀ ਇਹ ਟਾਰਗੇਟ ਕਿਲਿੰਗ ਇਹ ਬਕਾਇਦਾ ਇੱਕ ਪ੍ਰੀ ਪਲਾਨਡ ਹੈ, ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ? ਬਿਲਕੁਲ, ਚੁਣ ਚੁਣ ਕੇ ਮਾਰਿਆ ਜਾ ਰਿਹਾ। ਜਿਹੜੇ ਖਾਲਿਸਤਾਨ ਦੀ ਜੁਝਾਰੂ ਲੜਾਈ ਲੜ ਰਹੇ ਨੇ, ਜਿਹੜੇ ਜੰਗ ਲੜ ਰਹੇ ਨੇ ਖਾਲਿਸਤਾਨ ਦੀ ਆਜ਼ਾਦੀ ਲਈ, ਉਹ ਭਾਵੇਂ ਵਿਦੇਸ਼ਾਂ 'ਚ ਬੈਠੇ ਨੇ, ਕਿਤੇ ਵੀ ਬੈਠੇ ਨੇ, ਉਹ ਸੁਰੱਖਿਅਤ ਨਹੀਂ ਗੇ। ਇੱਥੋਂ ਦੀਆਂ ਏਜੰਸੀਆਂ ਜਿਹੜੀਆਂ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਆਪਦੇ ਪੈਰ ਪਸਾਰ ਚੁੱਕੀਆਂ ਨੇ ਤੇ ਨਿਸ਼ਾਨੇ ਬਣਾ ਬਣਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਪਰ ਕੱਲ ਜਿਵੇਂ ਅਕਾਲ ਤਖ਼ਤ ਸਾਹਿਬ ਜੀ ਤੇ ਅਰਦਾਸ ਹੋਈ ਆ, ਉਪਰੰਤ ਅਸੀਂ ਮਾਰਚ ਆਰੰਭ ਕੀਤਾ ਸੀ ਨਹੀਂ, ਅਰਦਾਸ ਕਿਹਨਾਂ ਦੀ ਹੋਈ ਹੈ? ਭਾਈ ਪਰਮਜੀਤ ਸਿੰਘ ਪੰਜਵੜ ਦੀ, ਭਾਈ ਅਵਤਾਰ ਸਿੰਘ ਖੰਡੇ ਦੀ ਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਨਿਮਿਤ ਸ੍ਰੀ ਅਖੰਡਪੁਰ ਸਾਹਿਬ ਦੇ ਭੋਗ ਪਏ ਸੀ ਕੱਲ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਬਾਬਾ ਗੁਰਬਖਸ਼ ਸਿੰਘ ਸ਼ਹੀਦ ਦੇ ਗੁਰਦੁਆਰਾ ਸਾਹਿਬ, ਸਰਦਾਰ ਸਿਮਰਜੀਤ ਸਿੰਘ ਮਾਨ, ਦਲ ਖਾਲਸਾ ਜਥੇਬੰਦੀ, ਭਾਈ ਦਲਜੀਤ ਸਿੰਘ ਬਿੱਟੂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਸਮੇਤ ਅਨੇਕਾਂ ਨੌਜਵਾਨ ਜਥੇਬੰਦੀਆਂ, ਦਮਦਮੀ ਟਕਸਾਲ ਤਲਵੰਡੀ ਬਖਤਾ, ਬਾਬਾ ਲਹਿਣਾ ਸਿੰਘ ਜੀ ਸਮੇਤ ਅਨੇਕਾਂ ਸੂਰਬੀਰ ਜੁਝਾਰੂ ਯੋਧੇ ਉੱਥੇ ਪਹੁੰਚੇ ਹੋਏ ਸਨ ਅਰਦਾਸ ਵਿੱਚ। ਹਾਂਜੀ ਜੀ, ਉਸ ਤੋਂ ਬਾਅਦ ਅਸੀਂ ਮੁੜ ਕੇ ਅਰਦਾਸ ਤੋਂ ਬਾਅਦ ਇੱਕ ਮਾਰਚ ਆਰੰਭ ਕੀਤਾ ਕਿ ਪਹਿਲਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੂਨ ਨਾਲ ਐਡਰੈਸ ਲਿਖ ਕੇ, ਸਿੰਘਾਂ ਨੇ ਆਪਦੇ ਖੂਨ ਲਾ ਕੇ ਉਹਦੇ ਨਾਲ ਐਡਰੈਸ ਲਿਖ ਕੇ ਇਹਨਾਂ ਏਜੰਸੀਆਂ ਨੂੰ ਇੱਕ ਮੰਗ ਪੱਤਰ ਦਿੱਤਾ। ਉਹਨਾਂ ਦਾ ਅਧਿਕਾਰੀ, ਇੱਕ ਇੱਥੋਂ ਦਾ ਡੀਸੀ ਦਾ ਇੱਕ ਅਧਿਕਾਰੀ ਆਣ ਕੇ ਉਹਨੇ ਮੰਗ ਪੱਤਰ ਰਿਸੀਵ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਜਿਹਦੇ ਵਿੱਚ ਅਸੀਂ ਮੰਗ ਰੱਖੀ ਕਿ ਸਾਡੇ ਸਿੰਘਾਂ ਨੂੰ ਇਸ ਤਰ੍ਹਾਂ ਧੋਖੇ ਨਾਲ ਸਰਕਾਰਾਂ ਸ਼ਹੀਦ ਕਰ ਰਹੀਆਂ ਨੇ, ਠੀਕ ਆ ਜੀ। ਉਹ ਉਸ ਵਜੋਂ ਮੰਗ ਪੱਤਰ ਸੀ, ਖੂਨ ਨਾਲ ਅੱਖਰ ਲਿਖੇ ਨੇ ਜੀ। ਦੂਜੀ ਗੱਲ, ਜਦੋਂ ਅਸੀਂ ਇੱਥੇ ਫੇਰ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦੀ ਯਾਦਗਾਰ ਤੋਂ ਇੱਕ ਮਾਰਚ ਆਰੰਭ ਕੀਤਾ ਰੋਸ ਵਜੋਂ ਕਿ ਅਸੀਂ ਰੋ ਦਾ ਦਫ਼ਤਰ ਘੇਰਾਂਗੇ, ਉੱਥੇ ਪ੍ਰੋਟੈਸਟ ਕਰਾਂਗੇ ਔਰ ਅਸੀਂ ਇਹ ਪੁੱਛਾਂਗੇ ਕਿ ਤੁਸੀਂ ਲੁਕਵੇਂ ਰੂਪ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕਰ ਦਿਓ, ਅਸੀਂ ਸਾਹਮਣੇ ਤੋਂ। ਹਾਂਜੀ, ਤੁਹਾਡੀ ਜਿਹੜੀ ਸ਼ੱਕ ਦੀ ਸੂਈ ਹੈ ਇਹ ਭਾਰਤੀ ਹਾਂਜੀ ਏਜੰਸੀਆਂ ਤੇ ਰੋ ਦੇ ਉੱਪਰ ਹੀ ਕਿਉਂ ਆਈ ਹੈ?
ਬਿਲਕੁਲ ਜੀ, ਇਹਨਾਂ ਨੇ ਚਾਹੇ ਇਹਨਾਂ ਦਾ ਡਪੇਲ ਜਿਹੜਾ ਉਹ ਡਪਾਲ ਜਿਹੜਾ ਅਜੀਤ ਡਪਾਲ, ਉਹ ਇੱਥੋਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਗਿਆ ਹੋਇਆ ਹੈ। 1984 ਦੇ ਵਿੱਚ ਵੀ ਉਹ ਬੰਦੇ ਨੇ ਹਰਿਮੰਦਰ ਸਾਹਿਬ ਬੈਠ ਕੇ ਰੈਕੀ ਕੀਤੀ ਸੀ ਸਾਰੀ, ਰਕਸ਼ਾ ਚਾਲਕ ਬਣ ਕੇ ਰਿਹਾ ਔਰ ਉੱਥੇ ਪ੍ਰਸ਼ਾਦਾ ਛਕਣਾ, ਉੱਥੇ ਸਿੰਘਾਂ ਦੇ ਮੋਰਚਿਆਂ ਦੀ ਦੇਖਭਾਲ ਉਹਨੇ ਕਰਨੀ, ਸਾਰਾ ਉਜਾਰਾ ਦਾ ਬਹੁਤ ਵੱਡਾ ਏਜੰਸੀਆਂ ਦਾ ਅਫਸਰ ਸੀ। ਅੱਜ ਕੱਲ੍ਹ ਵੀ ਨਹੀਂ ਉਹ ਬਾਹਰ ਪਰ ਗਿਆ ਹੋਇਆ ਜੀ। ਇੱਥੇ ਇੱਥੇ ਇੱਕ ਚੀਜ਼ ਤਾਂ ਹੈ ਨਾ, ਦੇਖੋ ਆਪਣੇ ਹਾਂਜੀ ਸਾਰੇ ਜਿਵੇਂ ਸੁਲਝੇ ਹੋਏ ਸੀ ਤੇ ਇੱਕ ਹਾਂਜੀ ਏਜੰਸੀਆਂ ਦਾ ਤੁਸੀਂ ਦੱਸ ਦਿਓ ਵੀ ਬੰਦਾ ਅੰਦਰ ਬਹਿ ਕੇ ਸਾਡੀ ਸਾਰੀ ਜਾਣਕਾਰੀ ਦਿੰਦਾ ਰਿਹਾ, ਕੀ ਗੱਲ ਸਾਥੋਂ ਉਹ ਲੁਕਿਆ ਰਹਿ ਗਿਆ? ਬਿਲਕੁਲ ਜੀ, ਕੋਈ ਰਕਸ਼ੇ ਵਾਲਾ ਆਣ ਕੇ ਭੇਜ ਦੇ ਵਿੱਚ ਉਹ ਬਿਲਕੁਲ ਹੀ ਉਹ ਕਿਵਤਾ ਮਿੰਟ ਕਿਸ ਰੂਪ ਵਿੱਚ ਆਉਂਦਾ ਸੀ, ਪ੍ਰਸ਼ਾਦ ਲੰਗਰ ਚੋਂ ਵੇਖਦਾ ਸੀ, ਪਰ ਇੱਕ ਆਈਐਸ ਅਫਸਰ ਸੀ, ਐਡਾ ਵੱਡਾ ਅਧਿਕਾਰੀ ਸੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿਵੇਂ ਕੰਮ ਕਰਨਾ। ਸਾਡੇ ਬੰਦਿਆਂ ਨੂੰ ਸੰਗਤ ਰੂਪ ਵਿੱਚ ਗੁਰੂ ਰਾਮਦਾਸ ਦੇ ਘਰ ਆਇਆ ਤਾਂ ਸਾਰਾ ਸ਼ਰਧਾਲੂ ਹੀ ਦੇਖਦੇ ਆ ਨਾ, ਵੀ ਕੋਈ ਸ਼ਰਧਾਲੂ ਪ੍ਰਸ਼ਾਦਾ ਚੱਕ ਕੇ ਚਲੇ ਗਿਆ, ਪਰ ਉਹਨਾਂ ਦੇ ਕੋਲ ਪੜ੍ਹਾਈਆਂ ਹੁੰਦੀਆਂ, ਉਹਨਾਂ ਕੋਲ ਬਹੁਤ ਯੰਤਰ ਹੁੰਦੇ, ਉਹਨਾਂ ਕੋਲ ਬਹੁਤ ਖੁਫੀਆ ਕੈਮਰੇ ਹੁੰਦੇ ਆ, ਹੋ ਸਕਦਾ ਉਹਨਾਂ ਨੇ ਅੰਦਰ ਬੰਦੇ ਵੀ ਖਰੀਦੇ ਹੋਣ ਕੋਈ ਆਪਦੇ ਸ਼੍ਰੋਮਣੀ, ਜਿਵੇਂ ਆ ਬਾਦਲਾਂ ਦੇ ਟੌੜਿਆਂ ਦੇ ਇਹਨਾਂ ਦੇ ਬੰਦੇ ਵੀ ਹੈਗੇ ਸੀ ਅੰਦਰ ਉਸ ਵਕਤ, ਇਹ ਸਰਕਾਰੇ ਤਾਂ ਸਾਰੇ ਹੀ ਤਾਂ ਸਰਕਾਰ ਨਾਲ ਰਲੇ ਸੀ, ਪਰ ਲੌਂਗੋ ਵਾਲੋ ਖਾੜਕੂ ਨਹੀਂ। ਸਿੰਘਾਂ ਦੀ ਵੀ ਤਾਂ ਇੰਟੈਲੀਜੈਂਸੀ ਹੁੰਦੀ ਹੋਵੇਗੀ ਉਸ ਸਮੇਂ। ਹਾਂ, ਸਿੰਘਾਂ ਨੇ ਆਪਣਾ ਕੰਮ ਕੀਤਾ, ਸਿੰਘਾਂ ਦੀ ਇੰਟੈਲੀਜੈਂਸੀ ਬਹੁਤ ਤਕੜੀ ਸੀ, ਫਿਰ ਸਿੰਘ ਧੋਖਾ ਵੀ ਨਹੀਂ ਨਾ ਸਿੰਘਾਂ ਨੇ ਖਾਧਾ, ਜੇ ਦੁਸ਼ਮਣ ਨੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਿੰਘਾਂ ਨੇ ਡਟਵੇਂ ਰੂਪ ਵਿੱਚ ਮੁਕਾਬਲਾ ਕੀਤਾ, ਲੋਹੇ ਦੇ ਚਣੇ ਚ ਬਾਏ ਨੇ, ਜਿਹੜਾ 2 ਘੰਟਿਆਂ ਦਾ ਦਾਵਾ ਕਰਦਾ ਸੀ ਕੁਲਦੀਪ ਬਰਾੜ ਤੇ ਜਰਨ ਵੈਦਿਆ, 72 ਘੰਟੇ ਸਿੰਘਾਂ ਨੇ ਉਹਨਾਂ ਨੂੰ ਪਰਿਕਰਮਾ ਚ ਪੈਰ ਨਹੀਂ ਪਾਉਣ ਦਿੱਤਾ। ਸੂਰਮਿਆਂ ਨੇ ਸੰਤ ਬਾਬਾ ਜਰਨੈਲ ਸਿੰਘ ਤੇ ਸ਼ਹੀਦ ਭਾਈ ਅਮਰੀਕ ਸਿੰਘ, ਜਨਰਲ ਸ਼ਬੇਕ ਸਿੰਘ ਵਰਗੇ ਜਾਂਬਾਜ਼ ਯੋਧਿਆਂ ਨੇ ਲੋਹੇ ਦੇ ਇਹੋ ਜਿਹੇ ਚਣੇ ਚ ਬਾਏ, ਅੱਜ ਤੱਕ ਭਾਰਤ ਮੂੰਹ ਨਹੀਂ ਚੱਕ ਸਕਦਾ ਪੰਥ ਸਾਹਮਣੇ। ਇਸੇ ਗੱਲ ਦਾ ਉਹ ਸਾਡੇ ਤੋਂ ਬਦਲਾ ਲੈ ਰਹੇ ਨੇ, ਅੱਜ ਜੀ। ਸਾਡੇ ਨਾਲ ਲੜਾਈ ਲੜ ਰਹੇ ਨੇ। ਤੇ ਫਿਰ ਤੁਸੀਂ ਜਦੋਂ ਜਾਣ ਲੱਗੇ ਫਿਰ ਤੁਹਾਨੂੰ ਰਸਤੇ ਦੇ ਵਿੱਚ ਪੁਲਿਸ ਵੱਲੋਂ ਘੇਰ ਲਿਆ ਗਿਆ? ਬਿਲਕੁਲ ਜੀ, ਸਾਨੂੰ ਜਿਹੜਾ ਹੈਗਾ ਕੁਤਵਾਲੀ ਥਾਣਾ ਉਹਦੇ ਲਾਗੇ ਨਾਲ ਬੈਰੀਕੇਡ ਲਾ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਲਾ ਦਿੱਤੀ, ਉਹ ਸਾਨੂੰ ਰੋਕਦੇ ਸੀ, ਅਸੀਂ ਧੱਕੇ ਨਾਲ ਅੱਗੇ ਲੰਘਣਾ ਚਾਹੁੰਦੇ ਸਾਂ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਬਹੁਤ ਜ਼ਿਆਦਾ ਧੱਕਾ ਮੁੱਕੀ ਸ਼ੁਰੂ ਹੋ ਚੱਲਿਆ, ਫਿਰ ਉਹਨਾਂ ਨੇ ਆਖਿਆ ਜੀ ਤੁਹਾਨੂੰ ਅਸੀਂ ਰੈਸਟ ਕਰਾਂਗੇ, ਅਸੀਂ ਆਖਿਆ ਤੁਸੀਂ ਰੈਸਟ ਨਾ ਕਰੋ, ਤੁਸੀਂ ਲੁਕਵੇਂ ਰੂਪ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕਰਨਾ ਚਾਹੁੰਦੇ ਸੀ, ਅਸੀਂ ਸ਼ਰੇਆਮ ਸਾਹਮਣੇ ਆਣ ਕੇ ਖੜ ਗਏ, ਬਿਲਕੁਲ ਸਾਹਮਣੇ ਖੜੇ ਹਾਂ, ਸਾਨੂੰ ਰਾਜ ਦੇ ਦਫ਼ਤਰ ਜਾਣ ਦਿਓ, ਸਰਕਾਰ ਸਾਡੇ ਖੂਨ ਦੀ ਪਿਆਸੀ ਆ, ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਵੀ ਭਰਾ ਹਾਂ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਔਰ ਜਿੰਨੇ ਜੁਝਾਰੂ ਨੇ ਸਾਡੇ ਭਰਾ ਨੇ, ਜੇ ਤੁਸੀਂ ਉਹਨਾਂ ਨੂੰ ਸ਼ਹੀਦ ਕੀਤਾ ਸਾਨੂੰ ਵੀ ਸ਼ਹੀਦ ਕਰੋ, ਅਸੀਂ ਆਪਣਾ ਖੂਨ ਦੇਣ ਵਾਸਤੇ ਆਏ ਹਾਂ, ਸਾਡਾ ਡੁੱਲ੍ਹ ਖੂਨ, ਸਾਡੇ ਖੂਨ ਚੋਂ ਖਾਲਿਸਤਾਨ ਦੀ ਆਜ਼ਾਦੀ ਨਿਕਲੂਗੀ, ਅਸੀਂ ਇੱਕ ਕਦਮ ਵੀ ਪਿੱਛੇ ਨਹੀਂ ਹਟਣਾ, ਆਪਦੀ ਖਾਲਿਸਤਾਨ ਦੀ ਆਜ਼ਾਦੀ ਤੇ ਕਾਇਮ ਆ ਤੇ ਕਾਇਮ ਰਹਾਂਗੇ, ਜੇ ਸਾਡੇ ਸਿੰਘਾਂ ਦਾ ਇੱਕ ਦਾ ਵੀ ਗਾਂ ਨੁਕਸਾਨ ਹੋਇਆ ਤੇ ਅਸੀਂ ਇਹਦਾ ਇੱਟ ਦਾ ਜਵਾਬ ਪੱਥਰ ਦੇਵਾਂਗੇ, ਅਸੀਂ ਰੁਕਣਾ ਨਹੀਂ ਹੁਣ ਜੀ। ਫਿਰ ਉਹਨਾਂ ਸਾਨੂੰ ਰੈਸਟ ਕਰ ਲਿਆ, ਗੱਡੀਆਂ 'ਚ ਬਿਠਾਇਆ, ਪਰ ਧੱਕੇ ਨਾਲ ਰੈਸਟ ਕੀਤਾ, ਅਸੀਂ ਕੋਈ ਹੱਥ ਜੋੜ ਕੇ ਜਾਂ ਸਿਰ ਝੁਕਾ ਕੇ ਗੱਡੀਆਂ 'ਚ ਨਹੀਂ ਬੈਠੇ, ਬਰੋਬਰ ਦੀ ਟੱਕਰ ਦੇ ਕੇ ਗੱਡੀਆਂ 'ਚ ਬੈਠੇ, ਕੋਈ ਗੱਲ ਨਹੀਂ ਸਰਕਾਰਾਂ ਜ਼ੁਲਮ ਕਰਦੀਆਂ ਹੁੰਦੀਆਂ, ਅਸੀਂ ਝੱਲਿਆ ਤੇ ਬਰੋਬਰ ਦੀ ਵਾਹ ਲਾਈ ਉਹਨਾਂ ਨਾਲ, ਭਿੜੇ ਆ ਜੀ। ਤੇ ਫਿਰ ਕੱਲ ਹਾਂਜੀ ਕਿੰਨੇ ਵਜੇ ਉਹਨਾਂ ਨੇ ਛੱਡਿਆ ਜੀ? ਕੱਲ ਸ਼ਾਮ ਨੂੰ ਸਾਨੂੰ 7 ਵਜੇ ਉਹਨਾਂ ਨੇ ਉੱਥੋਂ ਰਿਹਾ ਕੀਤਾ ਜੀ, ਪਰ ਜੇ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਰਿਹਾ ਕਰ ਦਿੰਦੇ ਹਾਂ, ਅਸੀਂ ਆ ਜੇ ਤਾਂ ਤੁਸੀਂ ਕੇਸ ਬਣਾ ਕੇ ਰਿਹਾ ਕਰਨਾ ਚਾਹੁੰਦੇ ਹੋ ਸਾਨੂੰ, ਸਾਨੂੰ ਕੋਈ ਨਹੀਂ, ਤੇ ਫਿਰ ਅਸੀਂ ਰਾਜ ਦੇ ਦਫ਼ਤਰ ਘੇਰਾਂਗੇ, ਫਿਰ ਜਾਵਾਂਗੇ ਅਸੀਂ। ਫਿਰ ਉਹਨਾਂ ਨੇ ਆਖਿਆ ਕਿ ਅਸੀਂ ਤੁਸੀਂ ਰਾਜ ਦਾ ਦਫ਼ਤਰ ਆ ਦੂਜਾ ਤੀਜਾ ਇਸ ਤਰ੍ਹਾਂ ਦੀਆਂ ਗੱਲਾਂ, ਅਸੀਂ ਆਖਿਆ ਜੀ ਅਸੀਂ, ਫਿਰ ਉਹਨਾਂ ਨੇ ਵਿੱਚ ਆਏ ਹੋਰ ਸਿੰਘਾਂ ਨੂੰ ਵਿੱਚ ਪਾਇਆ, ਕਹਿੰਦੇ ਸਾਡੀ ਮਜਬੂਰੀ ਇੱਥੇ ਉਹਨਾਂ ਦੇ ਬਹੁਤ ਤਕੜੀ ਸਖਤੀ ਕਰਤੀ ਹੈ, ਬਹੁਤ ਪੈਰਾ, ਤੁਸੀਂ ਉੱਥੇ ਜਾ ਨਹੀਂ ਸਕਦੇ, ਫਿਰ ਉਹਨਾਂ ਨੇ ਸਾਨੂੰ ਬਿਨਾਂ ਸ਼ਰਤ ਰਿਹਾ ਕਰਤਾ ਸ਼ਾਮ ਨੂੰ 7 ਵਜੇ, ਕਿਉਂਕਿ ਅਸੀਂ ਫਿਰ ਉੱਥੇ ਵੀ ਵਿਜੇਤ ਸੀ ਕਿ ਅਸੀਂ ਸਰਾਣ ਨੂੰ ਛੱਡਾਂਗੇ ਫਿਰ ਜਾਵਾਂਗੇ, ਉਹਨਾਂ ਆਖਿਆ ਇਹ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਜੇਲ੍ਹ ਭੇਜਾਂਗੇ, ਭੇਜ ਦਿਓ, ਅਸੀਂ ਚਾਹੇ ਜੇਲ੍ਹਾਂ ਜਾਣੂ ਆ, ਪਰ ਅਸੀਂ ਟਲਣਾ ਨਹੀਂ ਗਾ, ਅਸੀਂ ਸਾਡੇ ਸਿੰਘ ਸ਼ਹੀਦ ਕੀਤੇ ਲੁਕਵੇਂ ਰੂਪ ਵਿੱਚ, ਏਜੰਸੀਆਂ ਨੂੰ ਅਸੀਂ ਦੁਨੀਆ ਸਾਹਮਣੇ ਬੇਪਰਦ ਕਰਨਾ, ਇਹਨਾਂ ਦੇ ਨਕਾਬ ਇਹ ਜਿਹੜੇ ਆ ਦੇ ਚਿਹਰਿਆਂ ਦੇ ਉੱਤੋਂ ਅਸੀਂ ਨਕਾਬ ਤਾਰਨੇ, ਇਹਨਾਂ ਦੇ ਕਰੂਪ ਚਿਹਰਿਆਂ ਦੇ ਉੱਤੋਂ ਇਹ ਦੁਨੀਆ ਨੂੰ ਦੱਸਣਾ ਚਾਹੁੰਦੇ ਕਿ ਆਹ ਭਾਰਤ ਦੀਆਂ ਏਜੰਸੀਆਂ ਸਾਡੇ ਸਿੰਘਾਂ ਦੀਆਂ ਕਾਤਲ ਨੇ ਜੀ। ਬਿਲਕੁਲ ਜੀ, ਬਹੁਤ ਬਹੁਤ ਭਾਈ ਸਾਹਿਬ ਤੁਹਾਡਾ ਧੰਨਵਾਦ, ਕੱਲ ਦਾ ਜਿਹੜਾ ਪ੍ਰੋਗਰਾਮ ਸੀ ਸਾਰਿਆਂ ਨੇ ਦੇਖਿਆ, ਹਾਂਜੀ ਸੋਸ਼ਲ ਮੀਡੀਆ ਦੇ ਰਾਹੀਂ ਦੇਖਿਆ, ਮੈਂ ਜਾਣਕਾਰੀ ਲੈਣਾ ਚਾਹੁੰਦਾ ਸੀ ਵੀ ਆਖਿਰਕਾਰ ਉਹ ਪੂਰਾ ਪ੍ਰੋਗਰਾਮ ਕੀ ਸੀ, ਤੇ ਤੁਸੀਂ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਨੇ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹਾਂ ਜੀ, ਅੱਗੇ ਵੀ ਕਦੀ ਸਬੱਬ ਬਣਿਆ ਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਠੀਕ ਜੀ, ਠੀਕ, ਭਾਈ ਹਰਪ੍ਰੀਤ ਸਿੰਘ ਜੀ ਮਖੂ ਜੀ, ਸਾਰੇ ਸਿੰਘਾਂ ਨੂੰ ਵਿਦੇਸ਼ ਚ ਵਸਦੀਆਂ ਫਿਰ ਸਿੱਖ ਸੰਗਤਾਂ ਨੂੰ, ਖਾਲਸਾ ਰਾਜ ਦੀ ਸਰ ਜ਼ਮੀਨੇ ਤੋਂ ਦਾਸ ਭਾਈ ਬਲਵੰਤ ਸਿੰਘ ਪਾਲਾ, ਸਾਰੇ ਪੰਥ ਨੂੰ ਵਿਦੇਸ਼ਾਂ ਵਿੱਚ ਸਿੰਘਾਂ ਨੂੰ ਫਤਿਹ ਵੀ ਬੁਲਾਉਂਦਾ ਔਰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦਾ ਕਿ ਕਿਤੇ ਵੀ ਕੌਮ ਵਿੱਚ ਕਿਤੇ ਵੀ ਕੋਈ ਗੱਲ ਬਣੇ, ਖਾਲਸਾ ਜੀ ਇੱਕ ਮੁੱਠ ਹੋ ਕੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਖਾਲਿਸਤਾਨ ਦੀ ਆਜ਼ਾਦੀ ਲਈ ਦਿਨੇ ਰਾਤ ਇੱਕ ਕਰ ਦਿਓ, ਇਹਨਾਂ ਜ਼ਾਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਏਟ ਦਾ ਜਵਾਬ ਪੱਥਰ ਦੇ ਲਈ ਤਿਆਰ ਹੋ ਜਾਓ,
ਇਹ ਵਕਤ ਆ ਗਿਆ ਇਹਨਾਂ ਜ਼ੁਲਮਾਂ ਦੇ ਜ਼ਾਲਮ ਦਾ ਮੂੰਹ ਤੋੜ ਜਵਾਬ ਦੇਣ ਲਈ। ਪੰਥ ਜੀ ਸਚੇਤ ਤੇ ਚੜ੍ਹਦੀ ਕਲਾ ਵਿੱਚ ਰਹੇ, ਇਹਨੀਆਂ ਬੇਨਤੀਆਂ ਨਾਲ ਸਾਰੇ ਖਾਲਸਾ ਪੰਥ ਨੂੰ ਸਿਰ ਝੁਕਾ ਕੇ ਫਤਿਹ ਬੁਲਾਉਣਾ। ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਦਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ ਜੀ। ਫਤਿਹ ਜੀ।